ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਰਕਾਰ ਦੇ ਰੂਪ ਵਿਸ਼ਾ ਜਿਹੜਾ ਆਪਣਾ ਹੈ ਇਕਾਤਮਕ ਸਰਕਾਰ ਇਕਾਤਮਕ ਸਰਕਾਰ ਦੇ ਗੁਣਾਂ ਉਗਣ ਤੇ ਵਿਸ਼ੇਸ਼ਤਾਵਾਂ ਵਿੱਚ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇਕਾਤਮਕ ਸਰਕਾਰ ਵੇਖ ਪੜਦੇ ਆ ਇਹ ਪਰਿਭਾਸ਼ਾ ਪੜਦੇ ਆਂ ਦੀ ਆਪਾਂ ਪਰਿਭਾਸ਼ਾ ਬਲੂਬੀ ਦੇ ਕਥਨ ਅਨੁਸਾਰ ਇਕਾਤਮਕ ਸਰਕਾਰ ਉਹ ਪ੍ਰਣਾਲੀ ਹੈ ਜਿਸ ਵਿੱਚ ਸਾਰ ਪਹਿਲਾਂ ਸਾਰੀਆਂ ਸ਼ਕਤੀਆਂ ਕੇਵਲ ਇੱਕ ਕੇਂਦਰ ਨੂੰ ਸੌਂਪੀਆਂ ਜਾਣ ਅਤੇ ਸਰਕਾਰ ਜਿਵੇਂ ਉਚਿਤ ਸਮਝੇ ਇਹਨਾਂ ਸ਼ਕਤੀਆਂ ਦੀ ਪਰਦੇਸ਼ ਵਿੱਚ ਵੰਡ ਕਰੇ ਅਤੇ ਉਹ ਇਸ ਮਾਮਲੇ ਵਿੱਚ ਸੰਪੂਰਨ ਪੂਰਨ ਸੁਤੰਤਰ ਹੋਵੇ ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂਗੇ ਵਿਸ਼ੇਸ਼ਤਾਵਾਂ ਜਾਂ ਲੱਸਣ ਇਕਾਰਾ ਕੈਰਾ ਆਸਾਣ ਸ਼ਕਤੀਆਂ ਦੀ ਵੰਡ ਦੀ ਹੁਣ ਹੋਣ ਇਕਾਈਆਂ ਕੇਂਦਰ ਸਰਕਾਰ ਦੁਆਰਾ ਸਥਾਪਿਤ ਕੀਤੀਆਂ ਜਾਂਦੀਆਂ ਹਨ ਇਕੈਰੀ ਨਾਗਰਿਕਤਾ ਲਿਖਤੀ ਜਾਂ ਅੜ ਲਿਖਤੀ ਸੰਵਿਧਾਨ ਕਠੋਰ ਜਾਂ ਲਚਕੀਲਾ ਸੰਵਿਧਾਨ ਨਿਆਂਪਾਲਿਕਾ ਦਾ ਸਰਵਉੱਚ ਹੋਣਾ ਜ਼ਰੂਰੀ ਇਕਾਤਮਕ ਸਰਕਾਰ ਦੇ ਗੁਣ ਪਹਿਲਾ ਪੁਆਇੰਟ ਹੈ ਕ ਮਜ਼ਬੂਤ ਰਾਜ ਪ੍ਰਬੰਧ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਹੋਣ ਕਰਕੇ ਇਹਨਾਂ ਦੀ ਵਰਤੋਂ ਮਜ਼ਬੂਤੀ ਨਾਲ ਕਰ ਸਕਦਾ ਹੈ ਕੇਂਦਰ ਸਰਕਾਰ ਲਈ ਰਾਜਾਂ ਦੀ ਸਲਾਹ ਲੈਣਾ ਜਾਂ ਉਹਨਾਂ ਅਧਿਕਾਰੀਆਂ ਤੇ ਨਿਰਭਰ ਹੋਣਾ ਜ਼ਰੂਰੀ ਨਹੀਂ ਹੁੰਦਾ ਉਸ ਤੋਂ ਅੱਗੇ ਦੂਸਰਾ ਪੁਆਇੰਟ शासन दी एकरूपता एकरूपता एकरू एकात्मिक सरकार ਵਿੱਚ ਸਾਰੇ ਦੇਸ਼ ਵਿੱਚ ਇੱਕੋ ਜਿਹਾ ਕਾਨੂੰਨ ਸਾਸ ਅਤੇ ਸ਼ਾਸਨ ਪ੍ਰਣਾਲੀ ਹੁੰਦੀ ਹੈ ਜਿਸ ਨਾਲ ਸ਼ਾਸਨ ਦੀ ਇਕਰੂਪਤਾ ਆਉਂਦੀ ਹੈ ਤੀਜਾ ਪੁਆਇੰਟ ਸ਼ਾਸਨ ਦਾ ਸੰਗਠਨ ਸਰਲ ਹੁੰਦਾ ਹੈ ਕੇਂਦਰ ਅਤੇ ਪ੍ਰਾਂਤਾਂ ਵਿੱਚ ਸ਼ਕਤੀਆਂ ਦੀ ਵੰਡ ਨਾ ਹੋਣ ਕਾਰਨ ਕੇਂਦ ਸਰਕਾਰ ਦੇਸ਼ ਲਈ ਕਾਨੂੰਨ ਬਣਾ ਸਕਦੀ ਹੈ ਪ੍ਰਾਂਤਕ ਸਰਕਾਰਾਂ ਵਿੱਚ ਜਿਹੜੇ ਖੇਤਰ ਸੰਬੰਧੀ ਝਗੜੇ ਵੀ ਨਹੀਂ ਹੁੰਦੇ ਉਸ ਤੋਂ ਅੱਗੇ ਚੌਥਾ ਪ੍ਰਸ਼ਨ ਚੌਥਾ ਪੁਆਇੰਟ ਰਾਸ਼ਟਰੀ ਇਕਤਾ ਰਾਸ਼ਟਰੀ ਇਕਤਾ ਸਾਰੇ ਦੇਸ਼ ਵਿੱਚ ਕੋਈ ਵਿਧਾਨ ਮੰਡਲ ਇੱਕ ਕਾਰਜਪਾਲਿਕਾ ਤੇ ਇੱਕ ਨਿਆਂਪਾਲਿਕਾ ਹੋਣ ਕਾਰਨ ਰਾਸ਼ਟਰੀ ਇਕਤਾ ਬਣੀ ਰਹਿੰਦੀ ਹੈ ਸਮੁੱਚੇ ਦੇਸ਼ ਵਿੱਚ ਇੱਕੋ ਨਾਗਰਿਕਤਾ ਇੱਕੋ ਕਾਨੂੰਨ ਇੱਕੋ ਜਹੇ ਅਧਿਕਾਰੀ ਅਧਿਕਾਰ ਦੇਸ਼ ਦੀ ਇਕਤਾ ਨੂੰ ਮਜ਼ਬੂਤ ਕਰਦੇ ਅਨ ਉਸ ਤੋਂ ਅਗੇ ਪੰਜਵਾਂ ਪੁਆਇੰਟ ਘੱਟ ਖਰਚੀਲਾ ਸ਼ਾਸਨ ਅਟ ਖਰਚੀਲਾ ਜਿਹੜਾ ਪ੍ਰਸ਼ਾਸਨ ਹੈ ਜੀ ਸਾਰੇ ਦੇਸ਼ ਵਿੱਚ ਇੱਕੋ ਵਿਧਾਨ ਮੰਡਲ ਇੱਕੋ ਕਾਰਜਪਾਲਿਕਾ ਇੱਕੋ ਨਿਆਂਪਾਲਿਕਾ ਹੋਣ ਕਾਰਨ ਇਹ ਹੀ ਸ਼ਾਸਨ ਪ੍ਰਣਾਲੀ ਘਟ ਖਰਚੀਲੀ ਹੁੰਦੀ ਹੈ ਉਸ ਤੋਂ ਅੱਗੇ 6. ਪੁਆਇੰਟ ਕੇਂਦਰ ਸਰਕਾਰ ਕੋਲ ਬੋ ਕੋਲ ਕੰਮ ਦਾ ਬੋਝ ਅੱਜ ਕਲਿਆਣਕਾਰੀ ਰਾਜ ਦੇ ਯੁੱਗ ਵਿੱਚ ਸਰਕਾਰਾਂ ਦਾ ਕੰਮ ਬਹੁਤ ਵੱਧ ਗਿਆ ਹੈ ਇਕਾਤਮਕ ਸਰਕਾਰ ਵਿੱਚ ਸਾਰਾ ਕੰਮ ਕੇਂਦਰ ਸਰਕਾਰ ਕੋਲ ਹੁੰਦਾ ਹੈ ਜਿਸ ਕਰਕੇ ਜਾਦਾ ਕੰਮ ਦਾ ਬੋਝ ਸਰਕਾਰ ਦੀ ਕੁਸ਼ਲਤਾ ਨੂੰ ਬੁਰਾ ਪ੍ਰਭਾਵ ਕੌੰਦਾ ਹੈ ਉਸ ਤੋਂ ਅੱਗੇ ਇਕਾਤਮਿਕ ਇਕਾਤਮਿਕ ਪ੍ਰਣਾਈ ਦੇ ਦੋਸ਼ ਦੂਸਰਾ ਦੋਸਰਾ ਜੀ ਸ਼ਕਤੀਆਂ ਦਾ ਕੇਂਦਰੀਕਰਨ ਹਾਨੀਕਾਰਕ ਸ਼ਕਤੀਆਂ ਦਾ ਕੇਂਦਰੀਕਰਨ ਲੋਕਤੰਤਰ ਦੇ ਦਾਸ਼ਾ ਅਨੁਸਾਰ ਨਹੀਂ ਜੇਕਰ ਕੇਂਦਰੀ ਸਰਕਾਰ ਛੋਟੇ ਛੋਟੇ ਕੰਮਾਂ ਵਿੱਚ ਰੁੱਝੀ ਰਹੇ ਰਾਸ਼ਟਰੀ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੱਤ ਵਾਲੇ ਕੰਮਾਂ ਵੱਲ ਧਿਆਨ ਨਹੀਂ ਦੇ ਸਕੇਗੀ ਉਸ ਤੋਂ ਅੱਗੇ ਤੀਸਰਾ ਦੋਸ਼ ਸਥਾਨਕ ਲੋੜਾਂ ਦੀ ਪੂਰਤੀ ਸਰਕਾਰ ਸਥਾਨਕ ਲੋੜਾਂ ਦੀ ਪੂਰੀ ਨਹੀਂ ਹੁੰਦੀਆਂ ਠੀਕ ਹੈ ਸਥਾਨਕ ਲੋੜਾਂ ਇਹਨਾਂ ਦੀ ਪੂਰਤੀ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਸਥਾਨਕ ਲੋੜਾਂ ਦੀ ਨਾ ਤਾਂ ਜਾਣਕਾਰੀ ਹੁੰਦੀ ਹੈ ਅਤੇ ਨਾ ਹੀ ਉਹਨਾਂ ਨੂੰ ਹਲ ਕਰਨ ਦੀ ਸ਼ਮਾ ਅਤੇ ਸਾਧਨ ਹੁੰਦਾ ਹੈ ਉਸ ਤੋਂ ਅੱਗੇ ਚੌਥਾ ਪ੍ਰਸ਼ਨ ਚੌਥਾ ਪੁਆਇੰਟ ਵੱਡੇ ਰਾਜਾਂ ਲਈ ਢੁਕਵਾ ਨਹੀਂ ਭਾਰਤ ਵਰਗੇ ਵੱਡੇ ਰਾਜਾਂ ਲਈ ਇਹ ਪ੍ਰਣਾਲੀ ਢੁਕਵੀਂ ਨਹੀਂ ਉਸ ਤੋਂ ਅੱਗੇ ਪੰਜਵਾਂ ਪੁਆਇੰਟ ਬਦਰੋਹੀ ਵਿਦਰੋਹ ਅਤੇ ਅਸਤੁਸ਼ਟ ਦੀ ਸੰਭਾਵਨਾ ਇਕਾਤਮਕ ਸਰਕਾਰ ਵਿੱਚ ਕੇਂਦਰ ਵਿੱਚ ਬਹੁਮਤ ਜਾਤੀ ਜਾਂ ਬਹੁਮਤ ਧਰਮ ਦਾ ਪ੍ਰਭਾਵ ਹੁੰਦਾ ਹੈ ਜਿਸ ਕਾਰਨ ਘਟ ਗਿਣਤੀਆਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਵਿਰੋਧ ਦਾ ਖਤਰਾ ਬਣਿਆ ਰਹਿੰਦਾ ਹੈ ਉਸ ਤੋਂ ਅੱਗੇ ਇਸ ਦਾ ਸਿੱਟਾ ਇਕਾਤਮਕ ਦੇ ਗੁਣੋ-ਗੁਣਾਂ ਦਾ ਸਿੱਟਾ ਕੱਢਦੇ ਹਾਂ ਜੀ ਆਪਾਂ ਇਕਾਤਮਿਕ ਸਰਕਾਰ ਦੇ ਗੁਣ ਅਤੇ ਔਗਣ ਵਿਚਾਰਨ ਮਗਰੋਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਇਕਾਤਮਿਕ ਸਰਕਾਰ ਉਹਨਾਂ ਰਾਜਾਂ ਲਈ ਢੁਕਵੀਂ ਹੈ ਜਿਨ੍ਹਾਂ ਦਾ ਖੇਤਰਫਲ ਅਤੇ ਵਸੋਂ ਥੋੜੀ ਹੋਵੇ ਰਾਜ ਵਿੱਚ ਬਹੁਤੇ ਧਰਮਾਂ ਜਾਤੀਆਂ ਸੱਭਿਆਚਾਰਾਂ ਦੇ ਲੋਕ ਨਾ ਵਸਦੇ ਹੋਣ ਉਸ ਤੋਂ ਅੱਗੇ ਸੰਗਾਤਮਿਕ ਸਰਕਾਰ ਬਾਰੇ ਪੜਾਂਗੇ ਅੱਪਾ ਹਾਂ ਤੁਮ ਕੋ ਸਰਕਾਰ ਫੈਡਰਲਿਜ਼ਮ ਫੈਡਰਲ ਗਵਰਨਮੈਂਟ ਬਾਰੇ ਪੜਾਂਗੇ ਇਸ ਦੀ ਪਰਿਭਾਸ਼ਾ ਫਾਈਨਰ ਦੇ ਅਨੁਸਾਰ ਸੰਗੀ ਰਾਜ ਉਹ ਰਾਜ ਹੈ ਜਿਸ ਵਿੱਚ ਸਤਾ ਅਤੇ ਸ਼ਕਤੀ ਦਾ ਕੁਝ ਭਾਗ ਰਾਜਾਂ ਨੂੰ ਦਿੱਤਾ ਜਾਵੇ ਅਤੇ ਦੂਸਰਾ ਭਾਗ ਸੰਗੀ ਸਰਕਾਰ ਨੂੰ ਦਿੱਤਾ ਜਾਵੇ ਜੋ ਕੇ ਆਪਣੇ ਸਥਾਪਿਤ ਰਾਜਾਂ ਦੇ ਇੱਛਾ ਨੂੰ ਨਾਲ ਬਣੀ ਹਾਂ ਉਸ ਤੋਂ ਅੱਗੇ ਇਹਦੀ ਵਿਸ਼ੇਸ਼ਤਾਵਾਂ ਰਹੀ ਜੀ ਦੂਰਾ ਸ਼ਾਸਨ ਸ਼ਕਤੀਆਂ ਦੀ ਵੰਡ ਸੰਵਿਧਾਨ ਲਿਖਤੀ ਸੰਵਿਧਾਨ ਜ਼ਰੂਰੀ ਕਠੋਰ ਸੰਵਿਧਾਨ ਸੰਵਿਧਾਨ ਦੀ ਸਰਵਉੱਚਤਾ ਨਿਆਂਪਾਲਿਕਾ ਦੀ ਸਰਵਉੱਚਤਾ ਦੋਹਰੀ ਨਾਗਰਿਕਤਾ ਦੋਹੋ ਸਦਨੀ ਪ੍ਰਣਾਲੀ ਗੁਣ ਰਾਸ਼ਟਰੀ ਏਕਤਾ ਤੇ ਸਵੈਮਾਨ ਸਵੈ ਸ਼ਾਸਨ ਦਾ ਮੇਲ ਸੰਘਾਤਮਿਕ ਸਰਕਾਰ ਲਈ ਦੀ ਇਹ ਵਿਸ਼ੇਸ਼ਤਾ ਹੈ ਕਿ ਲੋਕ ਆਪੋ ਆਪਣੇ ਤੇ ਸਵੈ ਸ਼ਾਸਨ ਕਰਦੇ ਹੋਏ ਰਾਸ਼ਟਰੀ ਏਕਤਾ ਕਾਇਮ ਰੱਖਦੇ ਹਨ ਉਸ ਤੋਂ ਅੱਗੇ ਦੂਸਰਾ ਪੁਆਇੰਟ ਕੇਂਦਰੀ ਸਰਕਾਰ ਨਿਰੰਕੁਸ਼ ਨਹੀਂ ਬਣ ਸਕਦੀ ਇਹ ਇਸ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਰਾਜਾਂ ਦੇ ਅਧਿਕਾਰ ਸੁਰੱਖਿਤ ਹੁੰਦੇ ਹਨ ਕੇਂਦਰ ਸਰਕਾਰ ਨਿਰੰਕੁਸ਼ ਨਹੀਂ ਬਣ ਸਕਦੀ ਉਸ ਤੋਂ ਅੱਗੇ ਤੀਸਰਾ ਪੁਆਇੰਟ ਆਧੁਨਿਕ ਸਮਾਜ ਵਿੱਚ ਯੋਗ ਪ੍ਰਣਾਲੀ ਅੱਜ ਦੇ ਸਮਾਜ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੱਲ ਵਿਅਕਤੀਗਤ ਧਿਆਨ ਦੇਣ ਦਾ ਪੈਂਦਾ ਹੈ ਇਸ ਲਈ ਗੁੰਜਲਦਾਰ ਸਮਾਜ ਦੀਆਂ ਲੋੜਾਂ ਸੰਗੀ ਪ੍ਰਣਾਲੀ ਹੱਲ ਕਰ ਸਕਦੀ ਹੈ ਉਸ ਤੋਂ ਅਗੇ ਚੌਥਾ ਪੁਆਇੰਟ ਸਥਾਨਕ ਲੋੜਾਂ ਦੀ ਪੂਰਤੀ ਹਰੇਕ ਇਕਾਈ ਲਈ ਸਥਾਨਕ ਲੋੜਾਂ ਵੱਖਰੀਆਂ ਹੁੰਦੀਆਂ ਹਨ ਉਨ੍ਹਾਂ ਦੀ ਪੂਰਤੀ ਲਈ ਵੱਖ-ਵੱਖ ਢੰਗ ਅਪਣਾਉਣੇ ਪੈਂਦੇ ਹਨ ਸੰਘਾਤਮਕ ਸਰਕਾਰ ਵਿੱਚ ਇਕਾਈਆਂ ਆਪ ਨਿਰਨੇ ਕਰ ਸਕਦੀਆਂ ਹਨ 0.5ਵਾਂ ਰਾਨਿਤਿਕ ਸਿੱਖਿਆ ਸੰਘਾਤਮਕ ਸਰਕਾਰ ਵਿੱਚ ਦੋਹਰਾ ਰਾਜ ਪ੍ਰਬੰਧ ਹੁੰਦਾ ਹੈ ਸਥਾਨਕ ਰਾਜ ਪ੍ਰਬੰਧ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਦੇਸ਼ ਦੀ ਰਾਜਨੀਤੀ ਦੀ ਸਿੱਖਿਆ ਮਿਲਦੀ ਹਾਂ ਉਸ ਤੋਂ ਅੱਗੇ ਪੰਜਵਾਂ ਆਸ਼ੀਮਾ ਪੁਆਇੰਟ ਜੋਗ ਸ਼ਾਸਨ ਜੋਗ ਸ਼ਾਸਨ ਸੰਗੀ ਕਾਰਜਪਾਲਿਕਾ ਸੰਗੀ ਪ੍ਰਣਾਲੀ ਇੱਕ ਜੋਗ ਸ਼ਾਸਨ ਸਥਾਪਿਤ ਕਰਦੀ ਹੈ ਜਿਸ ਵਿੱਚ ਸ਼ਾਸਨ ਨੂੰ ਛੋਟੀਆਂ ਇਕਾਈਆਂ ਵਿੱਚ ਵੰਡ ਕੇ ਚੁਸਤ ਦਰੁਸਤ ਕੀਤਾ ਜਾਂਦਾ ਹੈ ਉਸ ਤੋਂ ਅੱਗੇ ਸੱਤਵਾਂ ਵੱਖਵਾਤ ਅਤੇ ਕ੍ਰਾਂਤੀ ਦੀ ਸੁਭਾਵਨਾ ਸੁਭਾਵਨਾ ਘਟਦੀ ਹੈ ਲੋਕਾਂ ਦੀਆਂ ਮੁਸ਼ਕਲਾਂ ਸੱਭਿਆਚਾਰਕ ਅਤੇ ਧਾਰਮਿਕ ਇਸ਼ਾਵਾਂ ਵੱਲ ਰਾਜ ਸਰਕਾਰਾਂ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਹਨ ਇਸ ਕਰਕੇ ਬਖਵਾਦ ਬਖਵਾਦ ਅਤੇ ਕ੍ਰਾਂਤੀ ਦੀ ਸੁਭਾਵਨਾ ਘਟਦੀ ਹੈ ਇਸ ਤੋਂ ਅੱਗੇ ਸੰਗਾਤਮਿਕ ਪ੍ਰਣਾਲੀ ਦੇ ਔਗਣ ਪਹਿਲਾ ਪੁਆਇੰਟ ਕਮਜ਼ੋਰ ਸ਼ਾਸਨ ਸ਼ਕਤੀਆਂ ਦੀ ਵੰਡ ਹੋਣ ਕਾਰਨ ਕੇਂਦਰ ਅਤੇ ਇਕਾਈਆਂ ਵਿੱਚ ਅਤੇ ਪ੍ਰਾਂਤਾਂ ਦੇ ਆਪਸੀ ਝਗੜੇ ਸੰਘ ਪ੍ਰਣਾਲੀ ਵਿੱਚ ਹੁੰਦੇ ਰਹਿੰਦੇ ਹਨ ਜਿਸ ਨਾਲ ਫੈਸਲੇ ਲਾਗੂ ਕਰਨ ਵਿੱਚ ਬਹੁਤੀ ਦੇਰ ਹੋ ਜਾਂਦੀ ਹੈ ਉਸ ਤੋਂ ਅੱਗੇ ਦੂਸਰਾ ਪੁਆਇੰਟ ਵਿਦੇਸ਼ੀ ਮਾਮਲਿਆਂ ਵਿੱਚ ਕਮਜ਼ੋਰ ਸੰਗੀ ਸਰਕਾਰ ਦੂਜੇ ਦੇਸ਼ਾਂ ਨਾਲ ਕੋਈ ਜਹੀ ਸੰਧੀ ਨਹੀਂ ਕਰ ਸਕਦੀ ਜੇ ਸੰਬੰਧੀ ਉਸ ਨੂੰ ਆਪਣੇ ਰਾਜਾਂ ਦਾ ਸਹਿਯੋਗ ਪ੍ਰਾਪਤ ਨਾ ਹੋਵੇ ਉਸ ਤੋਂ ਅੱਗੇ ਤੀਸਰਾ ਪੁਆਇੰਟ ਲਿਖਤੀ ਅਤੇਖਟੋਰ ਕਠੋਰ ਸੰਵਿਧਾਨ ਸੰਘ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਜਿਸ ਵਿੱਚ ਸਮੇਂ ਅਨੁਸਾਰ ਤਬਦੀਲੀ ਕਰਨੀ ਮੁਸ਼ਕਲ ਹੁੰਦੀ ਹੈ ਉਸ ਤੋਂ ਅੱਗੇ ਚੌਥਾ ਪੁਆਇੰਟ ਸੰਕਟਕਾਲ ਵਿੱਚ ਅਟੁਕਮਾ ਸੰਕਟਕਾਲ ਵਿੱਚ ਤੁਰੰਤ ਅਤੇ ਦ੍ਰਿੜ ਫੈਸਲੇ ਲੈਣੇ ਪੈਂਦੇ ਹਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਤੇ ਨਿਰਪਰ ਹੋਣਾ ਪੈਂਦਾ ਹੈ ਉਸ ਤੋਂ ਅੱਗੇ ਪੰਜਵਾਂ ਦੋਰੀ ਨਾਗਰਿਕਤਾ ਖਤਰਨਾਕ ਦੋਰੀ ਨਾਗਰਿਕਤਾ ਦੋਰੀ ਵਫਾਦਾਰੀ ਨੂੰ ਜਨਮ ਦਿੰਦੀ ਹੈ ਜੋ ਅੰਤ ਵਿੱਚ ਇਕਾਈਆਂ ਦੀ ਵਫਾਦਾਰੀ ਵਿੱਚ ਬਦਲ ਜਾਂਦੀ ਹੈ ਅਤੇ ਦੇਸ਼ ਪ੍ਰਤੀ ਭਾਵਨਾ ਕਮਜ਼ੋਰ ਹੁੰਦੀ ਹੈ ਉਸ ਤੋਂ ਅੱਗੇ ਸ਼ੀਮਾ ਵਿਰੋਧੀ ਭਾਵਨਾ ਸੰਗੀ ਪ੍ਰਣਾਲੀ ਵਿੱਚ ਇਕਾਈਆਂ ਨੂੰ ਜਿਆਦਾ ਬਹੁਤ ਜਿਆਦਾ ਸੁਤੰਤਰਤਾ ਹੁੰਦੀ ਹੈ ਜੋ ਹੌਲੀ-ਹੌਲੀ ਉਹਨਾਂ ਵਿੱਚ ਸੁਤੰਤਰਤਾ ਦੇਸ਼ ਦੀ ਭਾਵਨਾ ਪੈਦਾ ਕਰਕੇ ਵਿਰੋਧ ਦੀ ਭਾਵਨਾ ਪੈਦਾ ਕਰ ਦਿੰਦੀ ਹੈ ਉਸ ਤੋਂ ਅੱਗੇ ਛਟਾ ਸੰਗਾਤਮਕ ਦਾ ਸੰਗਾਤਮਿਕ ਸਰਕਾਰ ਦੇ ਗੁਣ ਔਗਣ ਵਿਚਾਰ ਨਮਗਰੂ ਇਸ ਸਿੱਟੇ ਤੇ ਪਹੁੰਦੇ ਹਾਂ ਕਿ ਸੰਘਾਤਮਕ ਸਰਕਾਰ ਉਹਨਾਂ ਰਾਜਾਂ ਲਈ ਢੁਕਮੀ ਹੈ ਜਿਨ੍ਹਾਂ ਦਾ ਖੇਤਰਫਲ ਵੱਸੋਂ ਜ਼ਿਆਦਾ ਹੋਵੇ ਰਾਜਾਂ ਵਿੱਚ ਬਹੁਤੇ ਧਰਮ ਜਾਤੀਆਂ ਸੱਭਿਆਚਾਰਾਂ ਦੇ ਲੋਕ ਵਸਦੇ ਹੋਣ ਧੰਨਵਾਦੀ ਇਸ ਅੱਜ ਦੇ ਇਕਾਤਮਿਕ ਤੇ ਸੰਗਾਤਮਿਕ ਸਰਕਾਰ ਦੇ ਪ੍ਰਵਾਹਸ਼ਾ ਗੁਣ ਔਗਣ ਇਹਨਾਂ ਨੂੰ ਚੰਗੇ ਤਰ੍ਹਾਂ ਪੜ ਲਿਓ ਸੁਣ ਲਿਓ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ